ਇੱਕ ਨਾਮ ਗੁਰਦੀਪ ਰਾਣੂ ਹੈ ਨਾ, ਸਮਗਲਰ, ਉਹਨੂੰ ਕਹਿੰਦੇ ਕਿ ਬਠਿੰਡਾ ਦਿਖਾਇਆ ਜਾ ਰਿਹਾ 1 ਸਾਲ ਵਾਸਤੇ। ਕੀ ਕਾਰਨ ਹੈ ਜੀ? ਬਠਿੰਡਾ ਵੈਸੇ ਪਹਿਲਾਂ ਜੇਲ੍ਹ ਜੂਲ ਵਾਲੇ ਕੰਮ 'ਚ ਪਹਿਲਾਂ ਵੀ ਆਪਣੇ ਝੰਡੇ ਕਾਫੀ ਗੱਡੇ ਗਏ ਸੀਗੇ, ਪਰ ਹੁਣ ਫਿਰ ਮੁੜ ਘੁੜ ਕੇ ਬਠਿੰਡੇ ਹੀ ਕਿਉਂ? ਝੀਲਾਂ ਕੋਲ ਬਠਿੰਡੇ ਕੋਠੀ ਪਾ ਦੇਵਾਈਆਂ ਤਾਂ ਇੱਥੇ ਬਈ ਝੀਲਾਂ ਕੋਲ ਤੇ ਜਿਹੜੀ ਹੈ ਨਾ ਕੋਠੀ ਨਹੀਂ ਪੈਣੀ। ਜੀ ਪਹਿਲਾਂ ਜੇਲ੍ਹ ਹੁੰਦੀ ਸੀ ਉਹ ਬਠਿੰਡੇ ਦੇ ਵਿੱਚ ਵਿਚਾਲੇ ਆ ਗਈ, ਵਿਚਾਰੇ ਜੀ। ਹੁਣ ਤੇ ਪਰਾ ਬਾਹਰ ਕੱਢ ਦਿੱਤੀ ਹੈ। ਗੁਰਦੀਪ ਰਾਣੋ ਹੈ ਨਾ ਜਿਹੜਾ, ਕੁਛ ਦੋਸਤ ਆਪਣੇ ਜਿਹੜੇ ਆ ਸ਼ਾਇਦ ਜਾਣਦੇ ਹੋਣਗੇ, ਗੁਰਦੀਪ ਰਾਣੋ ਇੱਕ ਐਸਾ ਸ਼ਖਸ ਸੀ ਜਿਹਦੇ ਘਰੇ ਵੱਡੇ ਵੱਡੇ ਸਿੰਗਰ ਆਉਂਦੇ ਸੀਗੇ, ਰੋਟੀ ਪਾਣੀ ਛਕਦੇ ਸੀ, ਕਿੰਦੇ ਪਲਾਉਂਦੇ ਸੀ, ਸਭ ਕੁਝ ਸੀਗਾ ਫੋਟੋਆਂ ਦੇਖੀਆਂ ਮੈਂ ਕੁਛ, ਅੱਜ ਲੱਭਦੇ ਲੱਭਦੇ ਪੋਲੀਟੀਸ਼ੀਅਨਸ ਵੀ ਵਿੱਚ ਨਾਲ ਫੋਟੋਆਂ ਬਾਈ, ਪਾਉਂਦੇ। ਚੜ੍ਹਤ ਸੀ ਬੰਦੇ ਦੀ। ਜੀ ਹੁਣ ਗੁਰਦੀਪ ਰਾਣੋ ਇੱਕ ਸਧਾਰਨ ਬੰਦਾ ਸੀਗਾ, 2010-11 ਚੋਂ ਸਧਾਰਨ ਬੰਦਾ ਸੀ, ਸਕੂਟਰ ਸਕਾਟਰ ਤੇ ਆਪਦਾ ਕੰਮ ਕਾਰ ਕਰਨ ਵਾਲਾ। ਉਹ ਸ਼ੁਰੂ ਕਰਦਾ ਪ੍ਰੋਪਰਟੀ ਡੀਲਿੰਗ ਦਾ ਕੰਮ, ਜੀ ਲੁਧਿਆਣੇ ਵਾਲੇ ਬੰਦੇ ਆਰਾਮ ਨਾਲ ਉਹ ਕਹਾਣੀ ਤੁਹਾਨੂੰ ਇੱਥੇ ਦੱਸ ਦੇਣਗੇ, ਠੀਕ ਹੈ ਜੀ। ਉਸ ਤੋਂ ਬਾਅਦ ਉਹ ਫਿਰ ਪੌੜੀਆਂ ਚੜ੍ਹਦਾ ਤੁਰਿਆ ਜਾਂਦਾ, ਚੜ੍ਹਦਾ ਤੁਰਿਆ ਜਾਂਦਾ, ਅਤੇ ਗਾਂਹ ਵਾਲੀ ਕਹਾਣੀ ਅਤੇ ਕੁਛ ਹੱਦ ਤੱਕ ਤੁਸੀਂ ਵੀ ਜਾਣਦੇ ਤੇ ਮੈਂ। ਜੀ ਹੁੰਦਾ ਕੀ ਆ ਕਿ ਗੱਡੀ 'ਚ ਜਾ ਰਿਹਾ, ਰੀਲਾਂ ਪਾ ਰਿਹਾ ਜਿੱਦਾਂ ਵੀਡੀਓ ਵਗੈਰਾ, ਅੱਗੇ ਪਾਇਲਟ ਚਿਪਸੀ ਲੱਗੀ ਹੈ, ਮਤਲਬ ਕਿ ਮਜ਼ੇ ਹੀ ਮਜ਼ੇ ਸਰ। ਪਰ ਅਚਾਨਕ ਇੱਕ ਦਿਨ ਖਬਰ ਆਉਂਦੀ ਆ ਸਾਡੇ ਵਾਸਤੇ ਹੈਰਾਨਗੀ ਦੀ ਗੱਲ, ਰਾਤ ਨੂੰ ਨਾਨਕ ਸਰ ਤੋਂ ਜੀ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਇੱਕੋ ਪੱਤਰਕਾਰ ਸੀਗੇ ਸ਼ਾਇਦ ਉਸ ਟਾਈਮ, ਹਰਪ੍ਰੀਤ ਸਿੰਘ, ਜਿਨ੍ਹਾਂ ਨੇ ਖਬਰ ਜਿਹੜੀ ਬ੍ਰੇਕ ਕਰਤੀ। ਉਹ ਕਿਵੇਂ ਫੜਿਆ ਗਿਆ, ਅਸਲ 'ਚ ਕਹਾਣੀ ਕੀ ਸੀਗੀ ਕਿ ਇਹਨਾਂ ਦਾ ਇੱਕ ਪਾਰਟਨਰ ਸੀਗਾ ਰਵੇਜ਼, ਆਸਟ੍ਰੇਲੀਆ ਰਹਿੰਦਾ ਸੀ। ਇਸ ਸਿੰਡੀਕੇਟ 'ਚ ਦੇਖੋ ਕਹਾਣੀ ਕੀ ਆ, ਸਮਝਣ ਦੀ ਗੱਲ ਹੈ। ਜੀ ਇੱਕ ਬੰਦਾ ਇਟਲੀ ਬੈਠਾ ਸੀਗਾ, ਠੀਕ ਹੈ ਜੀ, ਇੱਕ ਦੋ ਜਣਿਆਂ ਦੀ ਜੋੜੀ ਬੈਠੀ ਸੀ ਆਸਟ੍ਰੇਲੀਆ, ਜੀ ਇੱਕ ਬੰਦਾ ਜੇਲ੍ਹ 'ਚ ਬੈਠਾ ਸੀਗਾ ਲੁਧਿਆਣੇ, ਸੈਂਟੀ, ਦੋ ਬੰਦੇ ਇੱਧਰ ਫਰੀਦਕੋਟ ਵੱਲ ਦੇ ਸੀਗੇ, ਬਲਕਿ ਥੋਕ 'ਚ ਉਹਨਾਂ ਨੂੰ ਗਾਂ ਸਮਾਨ ਚੁਕਾਇਆ ਜਾਂਦਾ ਸੀਗਾ। ਇੰਟਰਨੈਸ਼ਨਲੀ ਇਹ ਤਾਰਾਂ ਜੁੜੀਆਂ ਹੋਈਆਂ ਸੀ। ਇਹ ਇੱਕ ਚੇਨ ਸੀ ਜਿਹਦੇ 'ਚ 532 kg ਰਿਕਵਰੀ, ਜੀ ਜਿਹਦੇ 'ਚ ਸ਼ਾਇਦ ਇੱਕ ਹੋਰ ਹੈਵੀ ਰਿਕਵਰੀ ਸੀ, ਮਤਲਬ ਕਿ ਇੱਕ ਚੇਨ ਚੱਲ ਰਹੀ ਸੀ ਇੰਟਰਨੈਸ਼ਨਲ ਲੈਵਲ 'ਤੇ। ਤਾਂ ਤੁਸੀਂ ਦੇਖੋ ਜਿਹਦੇ 'ਚ ਪੋਲੀਟੀਸ਼ੀਅਨ ਜਾਂ ਸਭ ਕੁਛ ਵੀ, ਇੱਕ ਰਸੂਖਦਾਰ ਬੰਦਾ ਵੀ ਆ ਗਿਆ, ਤਾਂ ਮਤਲਬ ਕਿ ਜੇਲ੍ਹ ਦੇ ਵਿੱਚ ਬੈਠਾ ਬੰਦਾ ਵੀ ਆ ਗਿਆ, ਜੀ ਜੇਲ੍ਹ 'ਚੋਂ ਕਾਲਿੰਗ ਹੋ ਰਹੀ ਹੈ, ਜੇਲ੍ਹ 'ਚੋਂ ਫੋਰਨ ਸਭ ਵਾਲੇ ਵੀ ਕੁਛ ਆ ਹੋ ਗਏ, ਰਿਹਾ। ਜੇਲ੍ਹ ਵਾਲੇ ਵੀ ਆ ਗਏ, ਇੰਟਰਸਟਿੰਗ ਗੱਲ ਤੁਹਾਨੂੰ ਦੱਸਾਂ, ਆਪਣੇ ਇਲਾਕੇ ਦਾ ਵੀ ਇੱਕ ਜਿਹਦੀ ਸ਼ਾਨ ਹੁੰਦੀ ਸੀ ਕਿਸੇ ਟਾਈਮ, ਚੜ੍ਹਤ ਵੀ ਪੂਰੀ ਹੁੰਦੀ ਸੀ, ਪੁਲਿਸ ਮਹਿਕਮੇ 'ਚ ਵੀ ਦਾਬਾ ਸੀ ਉਹਦਾ, ਪੁਲਿਸ ਜੀ ਮਹਿਕਮੇ ਦਾ ਹੀ ਕਰਮਚਾਰੀ ਸੀਗਾ, ਸਾਡਾ ਦੋਸਤ ਸੀਗਾ, ਬੜਾ ਕਰੀਬੀ ਸੀ, ਉਹ ਵੀ ਜ਼ਿੰਦਗੀ 'ਚ ਐਸਾ ਤਿਲਕਿਆ ਥਿੜਕਿਆ, ਉਹ ਵੀ ਇਸ ਕੇਸ ਦੇ ਵਿੱਚ ਬਰਖਾਸਤ ਹੈ ਹੁਣ ਪੰਜਾਬ ਪੁਲਿਸ 'ਚ। ਜੀ ਮਤਲਬ ਕਿ ਐਸੀ ਕਹਾਣੀ ਇਹਦੇ 'ਤੇ ਫਿਲਮ ਬਣਾਈ ਜਾ ਸਕਦੀ ਹੈ। ਅਤੇ ਗਾਂ ਹੋਇਆ ਕਿ ਉਹ ਜਿਹੜਾ ਰਵੈਜ ਸੀਗਾ, ਇੱਕ ਜਿਹੜਾ ਤਨਵੀਰ ਸੀਗਾ ਬਟਾਲੇ, ਇਹਨਾਂ ਨੇ ਉਹ ਗੱਲ ਗੁੰਨ ਐਨ ਜਿਹੜੇ ਸੀਗੇ ਲੈ ਕੇ, ਜਿਹੜਾ ਪੈਸੇ ਦਾ ਲੈਣ ਦੇਣ ਸੀਗਾ ਕੁਛ ਕਰੋੜਾਂ ਰੁਪਈਆ ਬਾਹਰੋਂ ਆਇਆ ਸੀਗਾ, ਉਹ ਆਇਆ ਅਤੇ ਇਹਨਾਂ ਨੇ ਜਾ ਕੇ ਇੱਕ ਨਕਲੀ ਰੇਡ ਮਾਰੀ ਉਹਦੇ ਘਰ, ਉੱਥੋਂ ਕੁਛ ਨਹੀਂ ਮਿਲਿਆ ਅਤੇ ਰਵੇਜ਼ ਦੇ ਘਰੋਂ ਇਹਨਾਂ ਨੇ ਚੱਕਿਆ 4 ਕਰੋੜ ਰੁਪਈਆ, ਉੱਥੇ ਪੈਸੇ ਮਿਲ ਗਏ ਜੀ। ਉਹ ਵੰਡ ਵੰਡਾਈਆ ਜਾਂ ਜੋ ਇਹਨਾਂ ਦਾ ਰੌਲਾ ਰੱਪਾ ਸੀ ਉਹ ਪਹੁੰਚ ਗਿਆ, ਤੁਸੀਂ ਵੇਖੋ ਧਾਰਮਿਕ ਸਥਾਨ 'ਤੇ, ਕਿਉਂਕਿ ਗਾਂ ਸ਼ਾਇਦ ਇੱਕ ਬਾਬੇ ਨਾਲ ਰਿਸ਼ਤੇਦਾਰੀ ਸੀ, ਮੈਨੂੰ ਨਾਂ ਭੁੱਲ ਗਿਆ ਉਸ ਬਾਬੇ ਦਾ, ਉਦੋਂ ਮੀਡੀਆ 'ਚ ਵੀ ਉਛਲਿਆ, ਉਹ ਬਚ ਗਿਆ, ਬਚ ਗਿਆ ਨਹੀਂ ਤਾਂ ਸ਼ਾਇਦ ਉਹ ਵੀ ਟੰਗਿਆ ਜਾਂਦਾ। ਤਾਂ ਉੱਥੇ ਪੁਲਿਸ ਪੈੜ ਨੱਪਣ ਲੱਗ ਪਈ ਸੀਗੀ, ਕਿਉਂਕਿ ਰੇਡਾਂ ਰੂਡਾਂ ਦਾ ਰੌਲਾ ਪੈ ਗਿਆ, ਪੁਲਿਸ ਨੇ ਪੈੜ ਨੱਪ ਕੇ ਉੱਥੋਂ ਚੱਕ ਲਏ, ਅਤੇ ਉਸ ਤੋਂ ਬਾਅਦ ਚੰਗੀ ਤਗੜੀ ਰਿਕਵਰੀ ਦਿਖਾ ਦਿੱਤੀ ਪੁਲਿਸ ਨੇ। ਚਲੋ ਇਹ ਇਸ ਕਹਾਣੀ ਦਾ ਇੱਕ ਪਾਰਟ ਹੈ, ਜਿਹੜੇ ਬੰਦੇ ਇਸ ਸਾਰੇ ਪਿਛੋਕੜ ਨੂੰ ਨਹੀਂ ਜਾਣਦੇ ਮੈਂ ਉਹਨਾਂ ਨੂੰ ਦੱਸ ਦਿੰਦਾ। ਜੀ ਫਿਰ ਦੂਸਰਾ ਸ਼ੁਰੂ ਹੁੰਦਾ ਕਿ ਇਹਨਾਂ ਦੇ ਕੁਝ ਸੈਂਪਲ ਪਏ ਸੀ ਲੁਧਿਆਣੇ ਕੋਰਟ 'ਚ, ਜੀ ਉਹ ਸੈਂਪਲ ਗਾਇਬ ਹੋ ਜਾਂਦੇ ਆ। ਅੱਛਾ ਹਾਂਜੀ, ਰਿਕਵਰੀ ਨਾਲ ਜੁੜੇ ਜੀ, ਉਦੋਂ ਬਹੁਤ ਰੌਲਾ ਪਿਆ। ਇੱਕ ਰੌਲਾ ਫਿਰ ਪੈਂਦਾ ਹੈ ਆ 2 ਕੁ ਸਾਲ ਪਹਿਲਾਂ, ਜੀ ਹਿੰਦੁਸਤਾਨ ਟਾਈਮਸ, ਦੈਨਿਕ ਭਾਸਕਰ, ਸਾਰੇ ਕੋਟ ਕਰਨੇ ਜ਼ਰੂਰੀ ਹੈ। ਇਹਨਾਂ ਨੇ ਖਬਰਾਂ ਲਾਈਆਂ ਬਹੁਤ ਤਗੜੀਆਂ, ਜਿਹਨਾਂ ਨੇ ਹਿਲਾ ਕੇ ਰੱਖ ਦਿੱਤਾ, ਸ਼ਾਇਦ ਟ੍ਰਿਬਿਊਨ ਨੇ ਵੀ ਲਾਈ ਜੀ,
एसटीएफ दे हवाले नाल लाई। एचडी ने तो एसटीएफ ऑफिशियल्स लिखिया कि सानू उन्होंने दस्या खबर ए लाई कि जो इहदे कोलों राणो दे कोलों डायरी बरामद होई आ उहदे विच उमरा नंगल दा जिक्र आ जी। उहदे तो पहला हॉबी धालीवाल जिहड़ा उह भाजपा च वी चले गया भाड़ा जां नहीं फिल्मां च एक्टर बिल्कुल बिल्कुल उहदा जिक्र आया कि हॉबी धालीवाल दे थ्रू क्योंकि एक्टर जां कलाकार ते इहदे कोल आउंदे सी मैं फोटोबाजी देखी जिहड़ी मैं गल कर रहा सी। अच्छा मिली है ना फोटो जी जी नाल हॉबी धालीवाल बिल्कुल ये सारे खलोते हैं जी जी ठीक है। हॉबी धालीवाल दे थ्रू मिलिया उमरा नंगल नूं उमरा नंगल ये फिर टूरना टूरनामेंटा ते भी सादा रहा क्योंकि लुधियाने लगा सी जी। ये भी जिक्र आया कि उमरा नंगल लई लुधियाने ते चंडीगढ़ च रात वाला जगाड़ किया जाता सी यानी कुड़ियां जां हुसन सप्लाई। फिर इस तों अलावा चार कनाल कब्जे का रौला सी उहदे च जिक्र आया। इस तों अगे आ जाओ एस पी दो सीगे उहदे च एक वो शायद वरिंदरपाल एक सेवा सिंह मल्ली सेवा सिंह मल्ली ने तो डिनाई किया वरिंदरपाल का कोई मैं वर्षन उस टाइम नहीं पढ़ने मिलिया। इन्ना तो किसी तो दोष सगा जिदा कि ये गनमैन ही ये रेंदे से एस पी दे एक दे ते एक दे सीगा के कोई ठेकेदार झगड़ा सी उहदे च रिश्वत लई जी। इस तरह पारा जुड़दियां गईयां कुछ अफसर ऐसे सीगे इहदे च चार सीगे पी पी एस एक आई पी एस जी जिन्हां नूं सस्पेंड किया गया बाद डिपार्टमेंट काम वध गया। हाँ जी ये इस सारे घटनाक्रम च तीजा गेड़ आउंदा है जी। तो मतलब यह कहा गया कि इन्हां चों कुछ अफसर ने बकायदा राणो नूं पैसे दिते सीगे कारोबार च इनवैसट करन वास्ते कमाल ही हो गए। अच्छा चलो हुण आ की सीगा उही गल्लां लै दे के अज डी जी पी ने यह कह दिता कि देखो जी गल ये आ साहब के इहदे ते उह असी एन डी पी एस साल कानून है जिहड़ा उह लागू करता कि इहदी नज़रबंदी जिहड़ी उह साल तक दी रखी जा सकदी आ हुण इहनूं बठिंडे शिफ्ट किया जा रहा वगैरह वगैरह जो गल्लां तुहाडे सामने। पर इस मामले च इह हाले तक बुझारत आ कि की हॉबी धालीवाल तो लैके उमरा नंगल तक सारिया तो पुछगिछ हो गई ते की सारिया नूं क्लीन चिट मिल गई सी कि हाले तक मामला पेंडिंग आ उहदे ते कोई डी जी पी जां कोई सरकारी अधिकारी जिहड़ा बोलदा ही नहीं है साहब सरकार नहीं बोलदी इहदे ते। अच्छा हुण सैकंड चीज़ इह आ कि बठिंडे दी भी कहानी सुन लो इस तों पहलां ही राणो इत्थे रह चुका बठिंडे जेल च ओके हुंदा की आ कि इन्हां दा इक रौला पैंदा गुरदासपुर दा इक मुंडा सीगा जिहदी मीडिया च गल वी चली कि केस कुछ इस तरह दा वी बेअदबी कीती गई आ वगैरह वगैरह कंट्रोवर्सी वी होई सी। सरकार दा दावा सीगा कि इन्हां कोलों सिम फड़े गए ते वार्डन नूं इन्हां ने कुटता उदों वी राणो दी जेल शिफ्ट होई उसे जेल च फेर इन्हां ने भेजता कमाल दी गल आ जिस जेल दे विच अगे वार्डन कुटिया जी यानी सरकार ने आप ही दोष लाए ते लुधियाने जेल च सीगा जदों राणो उदों वी रौला पै गया करन औजले दा जी आ जिहड़ा मुंडा गाउंदा है बिल्कुल गीतां दी मशीन वीरे दुनिया तां रब नूं वी जज कर दी जी जी तो उह शायद उहने इसे करके कहा होएगा कि तुसीं गलत जज कर लिया मैं ते जेल वेखण गया सीगा उदों वी इही चक्कर पिया सीगा। तो कुल मिला के इह आ कि राणो ओह पता नहीं हुण इहनां नूं की खतरा कि जमानत मिलन जा रही है क्योंकि उह तां पहलां ही ऑलरेडी उह बंदा तां नज़रबंद है बिल्कुल बिल्कुल पहला ही पंजाब दी जेल च आ हुण जेल शिफ्ट चलो ये कह लो कि प्रशासन का कोई फैसला हो सकता है हां जेल प्रशासन का कोई फैसला हो सकता की है मैनू नहीं पता जी। पर मैं हैरान आ कि जिहड़ी ये अगाऊ नज़रबंदी हुंदी आ ये तो उस बंदे लई शायद ज्यादा कारगर आ जिहड़ा बंदा ऑलरेडी बाहर आ बाहर है जी जिहड़ा अंदर आ वो तो अंदर ही है तो की सरकार नूं जां पुलिस नूं इस गल की भिणक लगी आ कि आने वाले दिनों च इहनूं जमानत मिल सकती है शामिल करिए कालू साहब कह रहे 2020 इंटरनेशनल ड्रग रैकेट फड़िया गया राणो 400 किलो ड्रग से जट ऑन फायर जी कह रहे ਤੁਸੀਂ ਕਈ ਚੀਜ਼ਾਂ ਦੱਸੀਆਂ ਕਿ ਕਈ ਵਾਰੀ 532 ਕੇਜੀ ਵਾਲੀ ਸੀ ਇੱਕ ਰਿਕਵਰੀ ਜਿਹੜੀ 에ਅਰ ਰਿਕਵਰੀ ਸੀਗੀ ਇਹ ਸੀਗੀ 28 ਕੁ ਕੇਜੀ ਦੀ 32 ਕੇਜੀ ਦੀ ਸੀ ਹੋਰ ਇਹਦੇ ਚ ਕਈ ਚੀਜ਼ਾਂ ਸੀ ਕੁੱਲ ਮਿਲਾ ਕੇ 28-32 ਦੇ ਵਿਚਾਲੇ ਸੀਗੇ ਅੰਕੜੇ ਕੁਛ ਇਧਰ ਉਧਰ ਹੋ ਸਕਦੇ ਜੀ 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 ਤੂਰ ਸਾਹਿਬ ਨੇ ਇੱਕ ਅਪਡੇਟ ਦਿੱਤੀ ਹੈ ਮੈਂ ਦੇ ਦੇਣਾ ਹਾਲਾਂਕਿ ਪਿਛਲੀ ਖਬਰ ਦੇ ਨਾਲ ਚਲੋ ਅਪਡੇਟ ਹੈ
ਇਹ ਕਹਿ ਰਹੇ ਨੇ ਕਿ ਖਨੌਰੀ ਬਾਰਡਰ ਤੇ ਡੀਏਜੀ ਮਨਦੀਪ ਸਿੰਘ ਤੇ ਐਸਐਸਪੀ ਨਾਨਕ ਸਿੰਘ ਦੀ ਮੀਟਿੰਗ ਹੋ ਰਹੀ ਹੈ, ਕਹਿੰਦੇ ਡੱਲੇਵਾਲ ਸਾਹਿਬ ਨੂੰ ਰਿਹਾ ਕਰਨ ਦੇ ਮਾਮਲੇ ਵਿੱਚ ਲੈ ਕੇ। ਚਲੋ ਹੋ ਸਕਦਾ ਮਨਦੀਪ ਸਿੰਘ ਬੜੇ ਸਿਆਣੇ ਨੇ ਅਫਸਰ, ਉਹਨਾਂ ਦੀ ਨਾ ਬਹੁਤ ਕਹਿ ਲਓ ਕਿ ਕਦਰ ਵੀ ਹੈਗੀ ਜਥੇਬੰਦੀਆਂ 'ਚ ਜਾਂ ਜੋ ਮਾਮਲੇ 'ਚ ਨਾ, ਉਹ ਸੈਂਸਿਟਿਵ ਮਾਮਲਿਆਂ ਨੂੰ ਬਹੁਤ ਅੱਛੇ ਤਰੀਕੇ ਨਾਲ ਹੈਂਡਲ ਕਰ ਲੈਂਦੇ ਆ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਅੱਗੇ ਵੀ ਵੇਖਿਆ ਪਟਿਆਲੇ ਦੇ ਵਿੱਚ ਇਸ ਤਰ੍ਹਾਂ ਹੋਇਆ ਸੀਗਾ, ਜਦੋਂ ਪਟਿਆਲੇ ਸੀਗੇ ਤਾਂ ਕੁਛ ਨਾਜ਼ੁਕ ਮਸਲਿਆਂ 'ਤੇ ਇਹਨਾਂ ਨੇ ਅੱਛਾ ਕੰਮ ਕਰਕੇ ਜੀ ਜੀ ਅੱਛੀ ਸਾਨੂੰ ਟਕਾ ਲਿਆ। ਸੋਸ਼ਲ ਮੀਡੀਆ 'ਤੇ ਕਾਫੀ ਸ਼ਾਬਾਸ਼ ਵੀ ਮਿਲਦੀ ਰਹੀ ਨਾ, ਹੁੰਦੀ ਆ ਭਾਈ ਕੁਝ ਅਫਸਰਾਂ ਦੀ ਨਾ ਇਹ ਖਾਸੀਅਤ ਹੁੰਦੀ। ਜੀ ਜੀ ਬਿਲਕੁਲ। ਰਣਵੀਰ ਸਿੰਘ ਖੱਟੜਾ ਜਿਵੇਂ ਹੋਏ ਸੀ, ਉਹ ਵੀ ਉਦੋਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ ਮੈਦਾਨ 'ਚ ਉਤਾਰੇ ਜਾਂਦੇ ਸੀ। ਕੁਛ ਅਫਸਰਾਂ ਦਾ ਨਾ ਉਹ ਰਸੂਖ ਹੁੰਦਾ, ਰਸੂਖ ਹੁੰਦਾ ਬਿਲਕੁਲ, ਗੱਲ ਕਰਨ ਦਾ ਤਰੀਕਾ, ਜਥੇਬੰਦੀਆਂ 'ਚ ਵੀ ਇੱਜ਼ਤ ਕਰਨੀ ਹੈ ਸਾਰੀ।